ਬਾਰੀ ਕਵੇ ਬਸ ਭਾਈ ਯੈਸ ਇਹਦਾ ਮਤਲਬ ਬੋਡੀ ਦਾ ਜ਼ੋਰ ਲੱਗ ਚੁੱਕਾ ਪਰ ਇਹਦਾ ਜ਼ੋਰ ਨਹੀਂ ਲੱਗਣਾ ਚਾਹੀਦਾ ਹਾਂ ਇਹ ਹਮੇਸ਼ਾ ਰੈਡੀ ਹੋਣਾ ਚਾਹੀਦਾ ਠੀਕ ਹੈ ਨਾ ਅਸਵਾ ਉਸੇ ਬੋਰਨ ਰੈਡੀ ਇਹ ਵੀ ਮੈਨੂੰ ਲੱਗਦਾ ਦੇਖੋ ਜੀ ਇੱਕ ਰਾਜ ਇਹ ਵੀ ਆ ਬਈ ਉਸਤਾਦ ਜੀ ਨੇ ਜਿਹੜੀ ਡਾਇਟ ਲਿਖਾਈ ਆ ਦੇਖੋ ਅਲਾਰਮ ਲਾਇਆ ਹੋਇਆ ਆ ਹੁਣ ਜਿਹੜੀਆਂ ਖਜੂਰਾਂ ਕਹਿੰਦੇ ਆ 4-1.5 ਇਹ ਖਾਣੀਆਂ ਨੇ ਜਿੱਥੇ ਮਰਜ਼ੀ ਟਰੈਵਲ ਕਰਦੇ ਹੋਏ ਫਿਰ ਨਾਲ ਨਾਲ ਰੱਖਣਾ ਪੈਂਦਾ ਸਮਾਨ ਇਕੱਲੀ ਮਿਹਨਤ ਨਹੀਂ ਹੁੰਦੀ ਡਾਇਟ ਵੀ ਨਾਲ ਨਾਲ ਜ਼ਰੂਰੀ ਚਾਹੀਦੀ ਆ ਫਿਰ ਤਾਂ ਹੀ ਗਲਤੀ ਵੀ ਭਾਜੀ ਫਿਰ ਤਾਂ ਹੀ ਆ ਗਏ ਰਾਈਟ ਯੈਸ ਇਹ ਖਬਰੇ ਕਹਿੰਦੇ ਹੁਣ ਇਸ ਵੇਲੇ ਉੱਠਦੇ ਆ ਇਹ ਵੀ 100-100 ਕਿਲੋ ਦੇ ਲੱਗਦੇ ਆ ਚਲੋ ਸਹੀ ਲਾਉਂਦੇ ਨਾ ਉਸਤਾਦ ਫਿਰ ਤਕਨੀਕ ਸਭ ਤੋਂ ਮੇਨ ਚੀਜ਼ ਆ ਪਹਿਲੀ ਗਰੀ ਨੋ ਪੇਨ ਨੋ ਗੇਨ 100-100 ਦਾ ਸੈੱਟ ਆ 1200 ਲਾ ਮਿਹਨਤ ਕਰਨੀ ਬਣੀ ਆ ਸੌਖਾ ਕੁਛ ਨਹੀਂ ਹੈ ਔਖਾ ਵੀ ਕੁਛ ਨਹੀਂ ਉਸਤਾਦ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਆ ਜਿਹੜੇ ਮਰਜ਼ੀ ਕਿੱਤੇ 'ਚ ਹੋਵੇ ਸੁਣਨੀ ਚਾਹੀਦੀ ਆ ਕਿਉਂਕਿ ਉਸਤਾਦ ਉਸਤਾਦ ਹੀ ਹੁੰਦੇ ਆ ਅਤੇ ਮੋਹਣੀ ਹੁੰਦੇ ਆ ਹਾਂ ਮੋਹਣੀ ਦਾ ਪਰ ਮੋਹਣੀ ਅੱਜ ਪਹਿਰਾ ਹੋ ਗਿਆ ਮੋਹਣੀ ਦਾ ਤਕਰੀਬਨ 2 ਘੰਟੇ ਲੱਗ ਗਏ ਆ ਬਾਕੀ ਟਾਈਮ ਦੀ ਗੱਲ ਨਹੀਂ ਹੁੰਦੀ ਤੁਸੀਂ ਮਿੰਟ ਭਾਵੇਂ 40 ਲਓ 45 ਲਓ ਅੱਧਾ ਘੰਟਾ ਲਓ ਉਹਨੂੰ ਤੁਸੀਂ ਲਾਉਣਾ ਕਿਵੇਂ ਉਹ ਆ ਸੋ ਉਸਤਾਦ ਜੀ ਦਾ ਇੱਕ ਮੈਸੇਜ ਆ ਉਹ ਜ਼ਰੂਰ ਦੱਸੋ ਜੀ ਹਾਂ ਅਤੇ ਬੇਸਿਕਲੀ ਮੈਸੇਜ ਇਹ ਆ ਭਾਅ ਜੀ ਕਿ ਤਕਰੀਬਨ ਜਿੱਦਾਂ ਹੁਣ ਨਾ ਥੋੜ੍ਹੇ ਦਿਨ ਪਹਿਲਾਂ ਮੇਰੇ ਕੋਲ ਇੱਕ ਪੇਸ਼ੈਂਟ ਆਏ ਆ ਮੈਂ ਪੇਸ਼ੈਂਟ ਤਾਂ ਕਹਿ ਰਹੇ ਕਿਉਂਕਿ ਲੜਕੇ ਦੀ ਉਮਰ ਕੀ ਆ ਭਾਅ ਜੀ ਬੇਸਿਕਲੀ 20 ਸਾਲ ਅਤੇ ਉਹਦਾ ਬੇਸਿਕਲੀ ਪ੍ਰੋਬਲਮ ਕੀ ਉਹਦਾ ਲੀਵਰ ਫੈਟੀ ਆ ਅਤੇ ਮੈਂ ਹੈਰਾਨ ਹੋ ਗਿਆ ਕਿ 20 ਸਾਲ ਦੇ ਬੱਚੇ ਦਾ ਲੀਵਰ ਫੈਟੀ ਕਿੱਦਾਂ ਸਕਦਾ ਜਦਕਿ ਆਪਾਂ ਪਹਿਲਾਂ ਦੇਖਦੇ ਸੀ ਭਾਈ 40-45 ਸਾਲ ਦਾ ਬੰਦਾ ਜੋ ਪੂਰੀ ਜ਼ਿੰਦਗੀ ਡਰਿੰਕ ਕਰਦਾ ਉਸ ਤੋਂ ਬਾਅਦ ਵੀ ਇੱਦਾਂ ਦੀ ਕੰਡੀਸ਼ਨ ਨਹੀਂ ਹੁੰਦੀ ਅਤੇ ਭਾਅ ਜੀ ਇਹਦਾ ਬੇਸਿਕਲੀ ਕਾਰਨ ਕੀ ਹੈ ਨਾ ਜਿਹਦੇ ਕਰਕੇ ਆਪਾਂ ਹੁਣ ਡਿਸਕਸ਼ਨ ਕਰਨ ਲੱਗੇ ਹਾਂ ਉਹ ਇਹ ਹੈ ਕਿ ਅੱਜ ਕੱਲ੍ਹ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਉਹ ਇੱਦਾਂ ਦਾ ਹੋ ਗਿਆ ਕਿ ਮਾਂ ਬਾਪ ਖੁਦ ਆਰਡਰ ਕਰੋ ਘਰੇ ਆ ਜਾਂਦਾ ਪੀਜ਼ਾ ਆ ਗਿਆ ਬਰਗਰ ਆ ਗਿਆ ਪਨੀਰ ਆ ਗਿਆ ਫਲਾਨਾ ਆ ਗਿਆ ਫਲਾਨਾ ਆ ਗਿਆ ਐਕਸਰਸਾਈਜ਼ ਤਾਂ ਹੈ ਹੀ ਨਹੀਂ ਵੀ ਆਪਾਂ ਤੁਰ ਕੇ ਵੀ ਥੱਲਿਓਂ ਖਾਣਾ ਲੈ ਕੇ ਆਈਏ ਨਾ ਕਹਿੰਦੇ ਚਲੋ ਔਨਲਾਈਨ ਕਰ ਲਓ ਮਾੜੀ ਗੱਲ ਨਹੀਂ ਔਨਲਾਈਨ ਆਰਡਰ ਕਰਨਾ ਲੇਕਿਨ ਫਿਰ ਉਹਨੂੰ ਹਾਂ ਕਿ ਭਾਈ ਤੁਸੀਂ ਜਿੰਨਾ ਖਾ ਰਹੇ ਹੋ ਤੁਸੀਂ ਐਕਚੁਅਲੀ ਤੁਹਾਡੇ ਨਾਲ ਬਰਨ ਕਰੋ ਰਾਈਟ ਕਿ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਦੈਨ ਆਪਾਂ ਉਹਦਾ ਡਾਕਟਰ ਵੱਲ ਭੱਜਦੇ ਹਾਂ ਕਿ ਕਿਉਂ ਨਾ ਆਪਾਂ ਉਦੋਂ ਡਾਕਟਰ ਵੱਲ ਭੱਜਣ ਦੀ ਬਜਾਏ ਕਿ ਪਹਿਲਾਂ ਹੀ ਆਪਣੇ ਡੇਲੀ ਦਾ ਕੁਝ ਰੂਟੀਨ ਰੱਖ ਲਈਏ ਕਿ ਐਕਚੁਅਲੀ 40-45 ਮਿੰਟ ਜਾਂ ਕੁਝ ਵੀ ਟਾਈਮ ਰੱਖ ਲਈਏ ਕਿ ਬੋਡੀ 'ਤੇ ਕੰਮ ਕਰੀਏ ਹੁਣ ਸੋਚੋ ਭਾਈ ਜਿਸ ਬੱਚੇ ਦਾ ਜੋ 20 ਸਾਲ ਦੀ ਉਮਰ 'ਚ ਲੀਵਰ ਫੈਟੀ ਹੋ ਗਿਆ ਉਹ ਬੱਚਾ ਕਦੋਂ ਆਪਣੇ ਆਪ ਨੂੰ ਫਿਜ਼ੀਕਲੀ ਸਟਰੋਂਗ ਕਰੇਗਾ ਕਦੋਂ ਉਹਦਾ ਲੀਵਰ ਠੀਕ ਹੋਏਗਾ ਦੈਨ ਉਹ 50 ਸਾਲ ਦੀ ਉਮਰ ਤੱਕ ਕਦੋਂ ਜਾਏਗਾ ਹਾਂਜੀ ਬਿਲਕੁਲ ਇੱਥੇ ਇੱਕ ਮੈਂ ਚੀਜ਼ ਜ਼ਰੂਰ ਕਲੀਅਰਫਾਈ ਕਰਨਾ ਚਾਹੁੰਦਾ ਕਈ ਵਾਰ ਨਾ ਕੀ ਹੁੰਦਾ ਆਪਾਂ ਕਹਿ ਦਿੰਦੇ ਵੀ ਉਹ ਯਾਰ ਬੋਡੀ ਦੀ ਸ਼ੇਪ ਦਾ ਮਤਲਬ ਨਹੀਂ ਹੈ ਤੁਸੀਂ ਫੈਟ ਹੈ ਜਾਂ ਸਕਿਨੀ ਜਾਂ ਉਹ ਆ ਆਪਣੇ ਆਪ ਫਿਰ ਗੱਲ ਉਸਤਾਦ ਜੀ ਦੀ ਆਉਣੀ ਆ ਆਪਣੇ ਆਪ 'ਚ ਬਿਲੀਵ ਕਰਨਾ ਬਹੁਤ ਜ਼ਰੂਰੀ ਆ ਇਹ ਜਿਹੜੀ ਮਿਹਨਤ ਤੁਸੀਂ ਕਿਸੇ ਲਈ ਸ਼ੁਰੂ ਕਰ ਰਹੇ ਆ ਆਪਣੇ ਆਪ ਲਈ ਆ ਹੈ ਨਾ ਇੱਕ ਤਾਂ ਇਹਦੇ ਨਾਲ ਜਿਹੜੀ ਤੁਹਾਡੀ ਮੈਂਟਲ ਹੈਲਥ ਆ ਉਹ ਬਹੁਤ ਸਟਰੋਂਗ ਹੋ ਗਈ ਮੇਰੇ ਹਿਸਾਬ ਨਾਲ ਮੇਰਾ ਜਿਹੜਾ ਇਹ ਸਭ ਤੋਂ ਵਧੀਆ ਟਾਈਮ ਇਹ ਹੁੰਦਾ ਜੇ ਮਾੜਾ ਫੋਨ ਸਾਈਡ 'ਤੇ ਪਿਆ ਹੁੰਦਾ ਜਦੋਂ ਅਸੀਂ ਸਨੈਪਸ ਨੂੰ ਬਣਾਉਣੀਆਂ ਉਦੋਂ ਨਹੀਂ ਤਾਂ ਮੇਰਾ ਟਾਈਮ ਆ ਸਾਰੀ ਦਿਹਾੜੀ ਤੁਸੀਂ ਬਿਜ਼ੀ ਰਹਿੰਦੇ ਹੋ ਕੋਈ ਸੋਸ਼ਲ ਮੀਡੀਆ ਫਲਾਨਾ ਨੈਗੇਟਿਵਿਟੀ ਬਹੁਤ ਆ ਸੋ ਇਹ ਆਪਣੇ ਆਪ ਲਈ ਸਾਰੇ ਜਣੇ ਟਾਈਮ ਜ਼ਰੂਰ ਸਪੈਂਡ ਕਰਿਓ ਜਿੰਨਾ ਵੀ ਕਰ ਸਕਦੇ ਆ ਵਾਕ ਕਰ ਲਓ ਜੋ ਵੀ ਕਰਨਾ ਤੁਸੀਂ ਰਨਿੰਗ ਇਜ਼ ਵਨ ਆਫ ਦ ਬੈਸਟ ਵਨਸ ਹੈ ਨਾ ਜਿੰਨਾ ਵੀ ਕਰ ਸਕਦੇ ਕਰਨਾ ਜ਼ਰੂਰੀ ਇੰਨਾ ਮੈਸੇਜ ਤੇ ਭਾਅ ਜੀ ਉਹਦਾ ਵੀ ਬੇਸਿਕਲੀ ਸਾਇੰਟੀਫਿਕਲੀ ਰੀਜ਼ਨ ਹੈ ਜਦੋਂ ਤੁਸੀਂ ਕਹਿ ਰਹੇ ਕਿ ਜਿਮ ਲਾਉਣ ਤੋਂ ਬਾਅਦ ਤੁਹਾਨੂੰ ਬੇਸਿਕਲੀ ਮੈਂਟਲੀ ਰਿਲੀਫ ਆਉਂਦਾ ਹੈ ਤੁਹਾਨੂੰ ਅੱਛਾ ਲੱਗਦਾ ਕਿਉਂਕਿ ਭਾਅ ਜੀ ਆਪਾਂ ਜਦੋਂ ਵਰਕਆਊਟ ਕਰਦੇ ਹਾਂ ਆਪਣੀ ਬੋਡੀ ਨੇ ਕੈਮੀਕਲ ਰਿਲੀਜ਼ ਕਰਦੀ ਹੈ ਦੈਟ ਮੀਨਸ ਡੋਪਾਮੀਨ ਜੋ ਕਿ ਆਪਾਂ ਨੂੰ ਪਲੇਜ਼ਰ ਫੀਲ ਕਰਾਉਂਦਾ ਹੈ ਕਿ ਜਿਹੜੇ ਅੱਜ ਕੱਲ੍ਹ ਜਿੱਦਾਂ ਦੇਖਿਆ ਭਾਅ ਜੀ ਲੋਕਾਂ ਨੂੰ ਨਜਾਇਜ਼ੀ
ਡਿਪਰੈਸ਼ਨ ਔਰ ਲੋਕੀ ਬਹੁਤ ਜ਼ਿਆਦਾ ਜਾ ਰਹੇ ਆ ਉਹਦਾ ਰੀਜ਼ਨ ਕੀ ਹੈ ਕਿ ਉਹਨਾਂ ਦਾ ਜੋ ਉਹ ਪਲੇਜ਼ਰ ਵਾਲਾ ਮਤਲਬ ਪਾਰਟ ਆ ਲਈ ਡੋਪਾਮਾਈਨ ਵਾਲਾ ਪਾਰਟ ਆ ਉਹਨੂੰ ਰਿਲੀਜ਼ ਨਹੀਂ ਹੋ ਰਿਹਾ ਆ ਜਿਹੜੀ ਗਰਮੀ ਆ ਨਾ ਬਸ ਇਹ ਕੱਢਣੀ ਆ ਇਹ ਜ਼ਰੂਰੀ ਹੈ ਇਹ ਜ਼ਰੂਰੀ ਇਹ ਸਾਇੰਟੀਫਿਕਲੀ ਮੈਂ ਤਾਂ ਦੱਸਿਆ ਕਿਉਂਕਿ ਕੁਛ ਮਤਲਬ ਆਪਣੇ ਇੱਦਾਂ ਦੇ ਬੰਦੇ ਹੋਣਗੇ ਜਿਹਨੂੰ ਨੌਲੇਜ ਹੈ ਨਾ ਸ਼ਾਮੇ ਮੁੜ ਕੇ ਆਉਣਾ ਚਾਹੀਦਾ ਆਵੇ ਇੱਧਰ ਕਿਉਂਕਿ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਆ ਹੁਣ ਸਮਰ ਆ ਯੰਗ ਪੱਠਾ ਠੀਕ ਹੈ ਨਾ ਕਿਉਂਕਿ ਜਦੋਂ ਤੁਸੀਂ ਸ਼ੁਰੂ ਤੋਂ ਨਿਆਣੇ ਨੂੰ ਜਿੱਧਰ ਨੂੰ ਲਾਉਣਾ ਇਹ ਮਾਂ ਪੇ ਦਾ ਵੀ ਬਹੁਤ ਫਰਜ਼ ਬਣਦਾ ਬਿਲਕੁਲ ਬਿਲਕੁਲ ਜਿੱਦਾਂ ਚਲੋ ਮੈਂ ਤੋਂ ਵੱਡਾ ਰੋਲ ਹੈ ਮਾਂ ਬਾਪ ਦਾ ਹਾਂ ਬਿਲਕੁਲ ਬਾਕੀ ਜਿਵੇਂ ਜੇ ਸਾਨੂੰ ਕੋਈ ਯੰਗਸਟਰ ਮਦਦ ਅਸੀਂ ਤੁਹਾਨੂੰ ਆਪਾਂ ਦੱਸੀਦਾ ਵੀ ਅਸੀਂ ਕਿਹੜੇ ਐਕਸਪੀਰੀਅੰਸ ਚੋਂ ਲੰਘੇ ਹਾਂ ਜਾਂ ਕੀ ਕਈ ਕਹਿ ਦਿੰਦੇ ਆ ਨਾ ਭਾਜੀ ਯਾਰ ਤੁਹਾਡੀ ਆਪਣੇ ਆਪ ਨੂੰ ਮੇਨਟੇਨ ਕਿੱਦਾਂ ਕੀਤਾ ਭਾਜੀ ਮੈਂ ਕਿਹਾ ਮੈਂ ਤਾਂ ਰੋਜ਼ ਪਾਉਣਾ ਮੇਨਟੇਨ ਦਾ ਰੀਜ਼ਨ ਆ ਭਾਜੀ ਮੈਨੂੰ ਤਕਰੀਬਨ ਡੇਲੀ ਇਹੀ ਮੈਸੇਜ ਆਉਂਦੇ ਆ ਕਿ ਜੈ ਜੀ ਵੀ ਇੰਨੀ ਮਤਲਬ ਫਿੱਟ ਕਿੱਦਾਂ ਤੇ ਉਹਦਾ ਰੀਜ਼ਨ ਇਹੀ ਹੈ ਕਿ ਮਤਲਬ ਆਪਾਂ ਜੋ ਸ਼ੇਅਰ ਕਰ ਰਹੀ ਤੇ ਹਾਂ ਜਿੱਦਾਂ ਆਪਾਂ ਸਮਰ ਲਈ ਗੱਲ ਕਰ ਰਹੀ ਕਿ ਇਹਦੇ ਵਿੱਚ ਮਾਂ ਬਾਪ ਦਾ ਬਹੁਤ ਵੱਡਾ ਰੋਲ ਹੈ ਕਿ ਜਿੱਦਾਂ ਅੱਜ ਕੱਲ੍ਹ ਚਲੋ ਡਾਈਟ ਬਹੁਤ ਜ਼ਿਆਦਾ ਖਰਾਬ ਹੋ ਗਈ ਕਿ ਉਹ ਬੱਚਿਆਂ ਦਾ ਕੁਛ ਇੱਦਾਂ ਦਾ ਸ਼ਡਿਊਲ ਬਣਾਉਣਾ ਜਿਹਦੇ ਵਿੱਚ ਕੀ ਭਾਜੀ ਥੋੜ੍ਹਾ ਜਿਹਾ ਵਰਕਆਊਟ ਵੀ ਹੋਣਾ ਟਾਇਰ ਹੋ ਜਾਣ ਤਾਂ ਕਿ ਐਟਲੀਸਟ ਜਦੋਂ ਪ੍ਰੋਬਲਮ ਹੋਵੇ ਡਾਕਟਰ ਕੋਲ ਜਾਣ ਤੋਂ ਬਾਅਦ ਫਿਰ ਉਦੋਂ ਉਹ ਲੋਕ ਡਿਪਰੈਸ਼ਨ ਜਾ ਕੇ ਜਿਮ ਭੱਜਦੇ ਨੇ ਪਰ ਉਦੋਂ ਬੱਚੇ ਦਾ ਇੰਟਰਸਟ ਨਹੀਂ ਹੁੰਦਾ ਉਹ ਬੱਚਾ ਕਦੇ ਵੀ ਜਿਮ ਦੇ ਵਿੱਚ ਆਉਂਦਾ ਹੀ ਨਹੀਂ ਹੈ ਸਹੀ ਗੱਲ ਤੇ ਬਸ ਗੱਲ ਇਹ ਹੈ ਕਿ ਪਾਠਾ ਗੇਮ ਕਰ ਰਹੇ ਹੁਣ ਜਲਦੀ ਫਿਰ ਹੈ ਠੀਕ ਹੈ ਬਾਕੀ ਮੈਂ ਅਫਸਾਜ ਜੀ ਲਈ ਕਹਿ ਰਿਹਾ ਕਿ ਚਲੋ ਇਹਦੇ ਥਰੂ ਆਪਾਂ ਕੁਝ ਮੈਸੇਜ ਦੇ ਰਹੇ ਹਾਂ ਤੇ ਬਾਕੀ ਏਰੀਆ ਜੀ ਸਾਰੇ ਆਪਣਾ ਆਪਣਾ ਖਿਆਲ ਰੱਖੋ ਨੈਗੇਟਿਵਿਟੀ ਤੋਂ ਦੂਰ ਰਹੋ ਲੋਕ ਕਦੇ ਖੁਸ਼ ਨਹੀਂ ਹੋ ਸਕਦੇ ਯੂ ਨੋ ਆਈ ਮੀਨ ਇਟਸ ਨਾਟ ਅਬਾਊਟ ਪੀਪਲ ਇਟਸ ਅਬਾਊਟ ਯੋਰਸੈਲਫ ਤੁਹਾਡਾ ਆਪਣੇ ਆਪ ਨੂੰ ਇਹ ਤੁਹਾਡੀ ਸਿਹਤ ਆ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਕਰਨਾ ਉਹ ਤੁਸੀਂ ਫਿਟ ਰਹਿ ਕੇ ਕੱਢਣਾ ਜਾਂ ਡਾਕਟਰ ਦੇ ਹਿਸਾਬ ਨਾਲ ਗੋਲੀ ਖਾ ਕੇ ਕੱਢਣਾ ਉਹ ਤੁਹਾਡੇ ਤੇ ਗਲੀ ਵਾਹਾਂ ਜੀ ਵੀ ਹੈਪੀ ਸਪਰੈਡ ਲਵ ਡੋਨਟ ਕਵੇਟ ਹੇਟ ਲਵ ਐਂਡ ਪੀਸ ਜਾਜ਼ੀ ਪੀ ਓਕੇ ਗੱਲ ਪਤਾ ਕੀ ਹੈ ਇਸ ਇਹਦੇ ਵਿੱਚ ਵੀ ਜੇ ਤੁਸੀਂ ਚੀਟ ਕਰੋਗੇ ਆਪਣੇ ਆਪ ਨਾਲ ਚੀਟ ਕਰ ਰਹੇ ਹਾਂ ਜਿੰਨੇ ਵੀ ਲੱਗਦੇ ਆ ਸੱਚ ਦੱਸੋ ਮੋਣੀ ਸਾਡਾ ਜੇ 25 ਲਾਏ ਉਹਨੇ ਕਹਿਣਾ ਮੈਂ 35 ਲਾ ਤੇ ਜੇ 7 ਲਾਏ ਤਾਂ ਵੀ 25 ਜੀ ਜੇ 7 ਲਾਏ ਤਾਂ ਵੀ 25 ਇਮਾਨਦਾਰੀ ਮੰਗਦੀ ਹੈ ਚੀਜ਼ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੋਸ਼ਿਸ਼ ਕਰੀ ਜਾਂਦਾ ਕੋਈ ਜਾਣੀ ਕਿ ਪੱਠਿਆਂ 'ਚ ਤਾਂ ਵੀ ਇਹਨਾਂ ਨੂੰ ਮੋਟੀਵੇਟ ਕਿੱਦਾਂ ਕਰਨਾ ਮੋਟੀਵੇਟ ਕੋਈ ਵੀ ਚੀਜ਼ ਤੁਹਾਨੂੰ ਇੰਸਪਾਇਰ ਕਰ ਸਕਦੀ ਆ ਮੈਂ ਇਸੇ ਕਰਕੇ ਵੀਡੀਓਜ਼ ਪਾਉਣਾ ਦੇਖਿਆ ਕਰੋ ਜਿਹੜੇ ਆਪਣੇ ਬੱਚੇ ਇਹਨਾਂ ਨੂੰ ਪਹਿਲਾਂ ਤੋਂ ਦੌੜਾ ਕਾਇਮ ਦੇਣ ਦੀ ਆਦਤ ਹੋਣੀ ਚਾਹੀਦੀ ਹੈ ਸੋ ਹੋਰ ਵੀ ਅਪਡੇਟ ਦੇਖਣ ਲਈ ਜੈਸੀ ਵੀ ਬਾਕੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਬਣਾਓ ਦੌੜੇ ਬਣਾਓ ਸ਼ੋਲਡਰ 'ਤੇ ਬਣਾਓ ਓਕੇ ਦੱਸ ਪਾਓ